ਕੀ ਤੁਹਾਨੂੰ ਇੰਗਲਿਸ਼ ਬੋਲਣ ਦੇ ਵਿੱਚ ਪ੍ਰੋਬਲਮ ਹੈ, ਕੀ ਤੁਹਾਨੂੰ ਇੰਗਲਿਸ਼ ਦੇ ਬੇਸਿਕਸ ਦੀ ਸਮਝ ਨਹੀਂ ਹੈ, ਤਾਂ ਵਿਨ ਯੂਰ ਇੰਗਲਿਸ਼ ਜ਼ਰੂਰ ਜੁਆਇਨ ਕਰੋ। ਵਿਨ ਯੂਰ ਇੰਗਲਿਸ਼ 'ਤੇ ਅਸੀਂ ਤੁਹਾਨੂੰ ਬੇਸਿਕਸ ਤੋਂ ਲੈ ਕੇ ਪ੍ਰੋਫੈਸ਼ਨਲ ਤੱਕ ਦੀ ਟ੍ਰੇਨਿੰਗ ਦੇਵਾਂਗੇ ਕਿ ਇੰਗਲਿਸ਼ ਦੇ ਪਾਰਟ ਆਫ ਸਪੀਚ ਕੀ ਹੁੰਦੇ ਨੇ, ਟੈਂਸਿਸ ਕੀ ਹੈ, ਡੇਲੀ ਜੋ ਯੂਜ਼ ਹੋਣ ਵਾਲੇ ਕਨਵਰਸੇਸ਼ਨਸ ਕੀ ਹੁੰਦੀਆਂ ਨੇ, ਪ੍ਰੋਫੈਸ਼ਨਲ ਕਨਵਰਸੇਸ਼ਨ, ਇੰਟਰਵਿਊ ਕੁਐਸਚਨਸ, ਇੰਟਰਵਿਊ ਪ੍ਰੈਪਰੇਸ਼ਨ, ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਤਿਆਰੀ ਅਸੀਂ ਤੁਹਾਨੂੰ ਇੱਥੇ ਕਰਵਾਵਾਂਗੇ। ਮੋਰਓਵਰ ਆਨਲਾਈਨ ਵੀ ਸਾਡੀਆਂ ਕਲਾਸਿਸ ਅਵੇਲੇਬਲ ਨੇ ਜੋ ਕਿ ਤੁਸੀਂ ਅਵੇਲ ਕਰ ਸਕਦੇ ਹੋ। ਆਫਲਾਈਨ ਤੁਸੀਂ ਸਾਡੇ ਸੈਂਟਰ 'ਤੇ ਆ ਕੇ ਕਲਾਸਿਸ ਲੈ ਸਕਦੇ ਹੋ। ਵਿਨ ਯੂਰ ਇੰਗਲਿਸ਼ ਓਪੋਜ਼ਿਟ ਸੋਨਾਲਿਕਾ ਟਰੈਕਟਰ ਏਜੰਸੀ, ਰਾਏਕੋਟ ਰੋਡ, ਜਗਰਾਓ। ਇਸ ਤੋਂ ਇਲਾਵਾ ਅਸੀਂ ਤੁਹਾਡੀ ਆਇਲਸ ਦੀ ਪ੍ਰੈਪਰੇਸ਼ਨ ਵੀ ਨਾਲ ਕਰਾਂਗੇ। ਸਾਡੀਆਂ ਜੋ ਸਪੋਕਨ ਇੰਗਲਿਸ਼ ਕਲਾਸਿਸ ਨੇ ਉਹਨਾਂ ਦੇ ਵਿੱਚ ਅਸੀਂ ਪ੍ਰੀ ਆਇਲਸ ਦੀ ਤਿਆਰੀ ਕਰਵਾਉਂਦੇ ਹਾਂ, ਜਿਸ ਦੇ ਵਿੱਚ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਲਿਸਨਿੰਗ, ਥੋੜ੍ਹੀ ਜਿਹੀ ਰੀਡਿੰਗ, ਕਮਿਊਨੀਕੇਸ਼ਨ ਸਕਿੱਲਸ ਐਂਡ ਰਾਈਟਿੰਗ ਸਕਿੱਲਸ ਅਸੀਂ ਤੁਹਾਡੇ ਇੰਪਰੂਵ ਕਰਾਂਗੇ, ਸਕਿੱਲ ਸੈੱਟ 'ਤੇ ਇੰਪਰੂਵ ਕਰਾਂਗੇ, ਤਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਇਲਸ ਦੀ ਕਲਾਸਾਂ ਦੇ ਵਿੱਚ ਵੀ ਬੈਠ ਸਕੋ। ਹੁੰਦਾ ਕੀ ਹੈ, ਬਹੁਤ ਸਾਰੇ ਸਟੂਡੈਂਟਸ ਸਿੱਧਾ ਹੀ ਆਇਲਸ ਦੀ ਕਲਾਸਾਂ ਦੇ ਵਿੱਚ ਜੰਪ ਕਰ ਦਿੰਦੇ ਨੇ, ਬਲਕਿ ਉਹਨਾਂ ਦੇ ਬੇਸਿਕਸ ਕਮਜ਼ੋਰ ਹੁੰਦੇ ਨੇ, ਔਰ ਇਹੀ ਰੀਜ਼ਨ ਹੈ ਚਾਰ ਚਾਰ ਪੰਜ ਪੰਜ ਮਹੀਨੇ ਆਇਲਸ ਦੀ ਕਲਾਸਾਂ ਵਿੱਚ ਬੈਠ ਜਾਂਦੇ ਨੇ, ਫੀਸਾਂ ਦੇਣ ਤੋਂ ਬਾਅਦ ਵੀ ਬੈਂਡਸ ਨਹੀਂ ਆਉਂਦੇ, ਬਿਕੋਜ਼ ਉਹਨਾਂ ਦੇ ਬੇਸਿਕਸ ਕਮਜ਼ੋਰ ਹੁੰਦੇ ਨੇ। ਸੋ ਅਸੀਂ ਕੀ ਕਰਦੇ ਹਾਂ, ਸਪੋਕਨ ਇੰਗਲਿਸ਼ ਦੀ ਕਲਾਸਾਂ ਦੇ ਵਿੱਚ ਅਸੀਂ ਆਇਲਸ ਨੂੰ ਇੰਟੈਗਰੇਟ ਕਰ ਦਿੱਤਾ ਹੈ, ਥੋੜ੍ਹੇ ਜਿਹੇ ਲੈਵਲ ਦੇ ਆਇਲਸ ਨੂੰ ਇੰਟੈਗਰੇਟ ਕਰ ਦਿੱਤਾ, ਤਾਂ ਕਿ ਤੁਹਾਨੂੰ ਆਇਲਸ ਦੀ ਸੋਚੀ ਹੋ ਜਾਵੇ, ਤੁਹਾਨੂੰ ਆਇਲਸ ਦੇ ਬਾਰੇ ਦੱਸਿਆ ਜਾਵੇ, ਪ੍ਰੈਕਟਿਸ ਕਰਾਈ ਜਾਵੇ, ਤਾਂ ਕਿ ਤੁਸੀਂ ਆਇਲਸ ਵਾਸਤੇ ਤਿਆਰ ਹੋ ਜਾਓ। ਸੋ ਇਹ ਤੁਹਾਡਾ ਸਕਿੱਲ ਸੈੱਟ 'ਤੇ ਅਸੀਂ ਵਰਕਆਊਟ ਕਰਾਂਗੇ, ਇੱਕ ਵਾਰ ਆ ਕੇ ਜ਼ਰੂਰ ਮਿਲੋ। ਵਿਨ ਯੂਰ ਇੰਗਲਿਸ਼, ਰਾਏਕੋਟ ਰੋਡ, ਓਪੋਜ਼ਿਟ ਸੋਨਾਲਿਕਾ ਟਰੈਕਟਰ ਏਜੰਸੀ, ਜਗਰਾਓ। ਥੈਂਕ ਯੂ।